ਗੁਰੂ ਬਾਣੀ ਹਮੇਸ਼ਾ ਹੀ ਸਿੱਖ ਪੰਥ ਨਾਲ ਕਾਂਗਰਸ ਨੇ ਜਿਵੇਂ ਗੋਰਿਆਂ ਨੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਖੇਡੀ ਹੈ ਉਵੇਂ ਇਹਨਾਂ ਨੇ ਪਾਲਿਸੀ ਖੇਡੀ ਹੈ। ਕੁਛ ਚੰਦ ਪੰਥ ਦੇ ਗਦਾਰਾਂ ਨੂੰ ਮੂਹਰੇ ਕਰਕੇ ਇਹਨਾਂ ਨੇ ਸਿੱਖ ਪਰੰਪਰਾ ਅਤੇ ਸਿੱਖ ਅਕਾਲ ਤਖ਼ਤ ਦੇ ਜਿਹੜੀ ਸੁਪਰੀਮ ਹੈ ਉਹਨੂੰ ਚੈਲੰਜ ਕਰਨ ਦਾ ਉਪਰਾਲਾ ਕੀਤਾ। ਸੋ ਉਸ ਲਈ ਅਸੀਂ ਸਮਝਦੇ ਹਾਂ ਕਿ ਵੀ ਜਿਵੇਂ ਗੋਰਿਆਂ ਨੂੰ ਵੀ ਦੇਸ਼ ਛੱਡ ਕੇ ਜਾਣਾ ਪਿਆ, ਮੇਰਾ ਖਿਆਲ ਇਹਨਾਂ ਨੂੰ ਵੀ ਛੱਡ ਕੇ ਜਾਣਾ ਪਊਗਾ। ਸਾਡੀ ਬਹੁਤ ਸ਼ਾਂਤਮਈ ਇੱਕ ਰਣਨੀਤੀ ਹੈ, ਸਾਡਾ ਇੱਕ ਪ੍ਰੋਟੈਸਟ ਹੈ ਕਿ ਪੋਲੀਟੀਕਲ ਪਾਰਟੀਜ਼ ਜਿਹੜੀਆਂ ਨੇ ਕਾਂਗਰਸ ਵਗੈਰਾ ਇਹਨਾਂ ਨੂੰ ਸਿੱਖਾਂ ਦੇ ਕੰਮਕਾਜ ਅਤੇ ਗੁਰਦੁਆਰਿਆਂ ਦੀ ਦੇਖ ਰੇਖ 'ਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ।